ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਰਾਤ ਦੇ ਸਮੇਂ ਆਪਣੇ ਕੰਮਾਂ ਕਾਰਾਂ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਰਾਇਗਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਨੂੰ ਕਾਬੂ ਕਰਕੇ ਪੁਲਿਸ ਵੱਲੋਂ ਜਦ ਚਾਰ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਅੰਨੇ ਕੜਤਲ ਦਾ ਵੀ ਮਾਮਲਾ ਸੁਲਝਣ ਵਿੱਚ ਸਫਲਤਾ ਮਿਲੀ। ਇਹਨਾਂ ਵੱਲੋਂ ਲੁੱਟਖੋਹ ਦੌਰਾਨ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਵਿਅਕਤੀ ਦਾ ਕਤਲ ਵੀ ਕੀਤਾ ਸੀ, ਜਿਸ ਦੀ ਪੁਸ਼ਟੀ ਫਰੀਦਕੋਟ ਦੇ SSP ਰਾਜ ਬਚਨ ਵੱਲੋਂ ਇੱਕ ਪ੍ਰੈਸ ਵਾਰਤਾ ਵਿੱਚ ਕੀਤੀ ਗਈ। ਸਾਦਿਕ ਦੇ ਥਾਣੇ ਦੇ ਵਿੱਚ ਇੱਕ ਵਾਰ ਵਾਰਦਾਤ ਹੋਈ ਸੀ, ਜਿਹਦੇ 'ਚ ਚਾਰ ਬੰਦਿਆਂ ਨੇ ਖੋਹ ਚਪਟ ਕੇ 70,000 ਰੁਪਇਆ ਲਫੋ ਕੇ ਲੈ ਗਏ ਸੀਗੇ ਅਤੇ ਉਸ ਨੂੰ ਇਨਵੈਸਟੀਗੇਟ ਕਰਦੇ ਹੋਏ ਸਾਡੇ ਟੀਮ ਨੇ ਜਿਹੜੇ ਸਾਦਿਕ SHO ਜਿਹੜੇ ਇੱਕ ਲੇਡੀ SHO ਨੇ ਜਗਨ ਔਰ DSP ਫਰੀਦਕੋਟ, ਇਹਨਾਂ ਨੇ ਬੜੀ ਮੁਸ਼ਤੈਦੀ ਨਾਲ ਉਹ ਖਾਲੀ ਖੋਹ ਦੀ ਵਾਰਦਾਤ ਨਹੀਂ ਉਹਨਾਂ ਨੇ ਸੋਲਵ ਕੀਤੀ, ਨਾਲ ਲੱਗਦੀ ਇਹਨਾਂ ਨੇ ਜਦੋਂ ਸਾਰੇ ਬੰਦੇ ਕਾਬੂ ਕੀਤੇ ਤਾਂ ਉਹਨਾਂ ਵਿੱਚੋਂ ਜਿਹੜੇ ਅਗਲੀਆਂ ਕੜੀਆਂ ਜੁੜੀਆਂ ਚਾਰ ਖੋਹ ਦੀਆਂ ਵਾਰਦਾਤਾਂ ਤਾਂ ਟਰੇਸ ਹੋਈਆਂ ਹੋਈਆਂ, ਹੋਰ ਐਡੀਸ਼ਨਲ ਸਾਡੇ ਤੋਂ ਇਲਾਵਾ ਇੱਕ ਮਰਡਰ ਦੀ ਵਾਰਦਾਤ ਫਿਰੋਜ਼ਪੁਰ ਜ਼ਿਲ੍ਹੇ ਦੀ, ਉਹ ਵੀ ਇਹ ਸਾਡੀ ਟੀਮ ਟਰੇਸ ਕਰਨ 'ਚ ਕਾਮਯਾਬ ਹੋਈ। ਇਹ ਮਰਡਰ ਦੀ ਵਾਰਦਾਤ ਫਿਰੋਜ਼ਪੁਰ ਥਾਣੇ ਦੇ ਜਿਹੜੀ ਕੁਲਗੜੀ ਥਾਣਾ ਹੈ ਅਤੇ ਉਹਦੇ 'ਚ ਇਹ 364 ਦੇ ਤਹਿਤ ਇੱਕ ਬੰਦਾ ਜਿਹੜਾ ਸੁਖਵਿੰਦਰ ਸਿੰਘ ਮਿਸਿੰਗ ਸੀਗਾ ਉਹਦੇ ਤਹਿਤ ਇਹ ਦਰਜ ਹੋਈ ਹੋਈ ਸੀ। ਇਹਨਾਂ ਬੰਦਿਆਂ ਨੇ ਜਿਹੜੇ ਸੋਨੂ ਵਗੈਰਾ ਜਿਹੜੇ ਚਾਰ ਪੰਜ ਬੰਦੇ ਨਾਲ ਅਸੀਂ ਟਰੇਸ ਕੀਤੇ ਨੇ, ਇਹ ਖੋਹ ਦੀ ਵਾਰਦਾਤ ਕਰਦੇ ਸੀ, ਵੇਲੇ ਕਰਦੇ ਸੀ ਲੋਕਾਂ ਨੂੰ ਸ਼ਾਮ ਨੂੰ, ਅਤੇ ਇਹ ਸੁਖਵਿੰਦਰ ਸਿੰਘ ਨੇ ਸ਼ਾਇਦ ਇਹਨਾਂ ਨੂੰ ਪਛਾਣ ਲਿਆ ਅਤੇ ਇਸੇ ਕਰਕੇ ਇਹਨਾਂ ਨੇ ਇੱਕ ਉਹਦੇ ਕਾਪਾ ਮਾਰ ਕੇ ਉਸਨੂੰ ਨਹਿਰ 'ਚ ਸੁੱਟਤਾ। ਉਸੇ ਟਾਈਮ ਸਾਡੀ ਟੀਮ ਨੇ ਉਹ ਕਾਪਾ ਵੀ ਇਹਨਾਂ ਦਾ ਰਿਕਵਰ ਕਰ ਲਿਆ ਅਤੇ ਉਹ ਸਾਰੀ ਜਿਹੜੀ ਕਤਲ ਦੀ ਵਾਰਦਾਤ ਹੈ ਉਹ ਇਹਨਾਂ ਨੇ ਟਰੇਸ ਕਰਨ 'ਚ ਕਾਮਯਾਬ ਰਹੇ ਨੇ। ਬੜੀ ਮਿਹਨਤ ਨਾਲ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ। ਸਰ, ਜਿਸ ਵਿਅਕਤੀ ਦਾ ਕਤਲ ਹੋਇਆ ਸੀ ਇਹ ਇਸ ਨੂੰ ਪਹਿਲਾਂ ਜਾਣਦੇ ਸਨ ਜਾਂ ਇਸ ਤੋਂ ਕੋਈ ਲੁੱਟਖੋਰੀ ਕੋਈ ਵਾਰਦਾਤ ਹੋਈ ਸੀ? ਇਸ ਤੋਂ ਇਹਨਾਂ ਨੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ, 2,000 ਰੁਪਇਆ ਪਤਾ ਨਹੀਂ ਥੋੜ੍ਹਾ ਜਿਹਾ ਪੈਸੇ ਸੀਗੇ, ਪਰ ਉਹ ਇਹਨਾਂ ਦੇ ਇਹਨਾਂ ਨੂੰ ਬਾਏ ਫੇਸ ਜਾਣਦਾ ਸੀ ਤਾਂ ਉਹਨਾਂ ਨੇ ਸੋਚਿਆ ਵੀ ਇਸ ਨੂੰ ਅਸੀਂ ਕਤਲ ਕਰ ਦਈਏ। ਜਾਗਤੀ ਲੈ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।